ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਜੀ ਅੱਜ ਅਸੀਂ ਪਿੰਡ ਝੀਂਡਾ ਤੋਂ ਹਾਂ, ਆਪਣਾ ਬਜ਼ੁਰਗਾਂ ਨਾਲ ਗੱਲ ਕਰ ਰਹੇ ਹਾਂ ਜੀ। ਪਿੰਡ ਸਾਡਾ ਝੀਂਡਾ ਤੇ ਬਜ਼ੁਰਗ ਸਾਡੇ। ਹਾਂ ਬਾਪੂ ਜੀ, ਆਪਣਾ ਦੱਸੇ ਤੁਹਾਡਾ ਕੀ ਨਾਂ ਹੈ? ਮੇਰਾ ਨਾਂ ਅਮਰੀਕ ਸਿੰਘ ਹੈ। ਤੇ ਆਪਣੇ ਬਜ਼ੁਰਗਾਂ ਦਾ ਨਾਂ ਕੀ ਹੈ? ਹਰਵੇਲ ਸਿੰਘ। ਤੇ ਉਸ ਤੋਂ ਉੱਤੇ ਚੱਲ ਜੀ ਦੇ? ਉਹ ਦਾਦਾ ਸਾਡਾ ਚਤਰ ਸਿੰਘ। ਦਾਦਾ ਚਤਰ ਸਿੰਘ ਤੇ ਪੜਦਾਦਾ ਸਾਡਾ ਆਲਾ ਸਿੰਘ। ਆਲਾ ਸਿੰਘ, ਠੀਕ ਹੈ। ਆਲਾ ਸਿੰਘ ਤੇ ਸਾਡਾ ਜਿਹੜਾ ਉਹ ਜਵਾਨ ਸਿੰਘ ਹੈ। ਬਾਪੂ ਜੀ ਬੜਾ ਪੁਰਾਣਾ ਜਾਣਦੇ, ਜਦੋਂ ਆਉਂਦੇ ਨੇ, ਜਦੋਂ ਦਾ ਮਤਲਬ ਅਸੀਂ ਵਿਰਕ ਬਣੇ ਆ ਨਾ, ਬਾਪੂ ਜੀ ਆਉਂਦੇ ਸੀ, ਉਹ ਵੀ ਤੁਹਾਨੂੰ ਦੱਸ ਦੇ। 42 ਪੀੜੀਆਂ ਤੁਹਾਨੂੰ ਦੱਸ ਦਿਆਂਗੇ ਬਾਪੂ ਜੀ। ਉਹ ਜਾਣ ਕਰਨਾ 42 ਪੀੜੀਆਂ ਜੀ ਤੁਹਾਡਾ ਵਿਰਕ ਪਰਿਵਾਰ ਸ਼ੁਰੂ ਹੋਇਆ। ਆਪਣਾ ਪਿੰਡ ਆਪਣਾ ਪਾਕਿਸਤਾਨ ਜੇ ਆਪਾਂ ਗੱਲਬਾਤ ਕਰਦੇ ਹਾਂ, ਪਹਿਲੂ ਕਰਦੇ ਹਾਂ, ਕਿਹੜਾ ਪਿੰਡ ਸੀ ਪਾਕਿਸਤਾਨ? ਆਪਣਾ ਪਿੰਡ ਸੀ ਨਿਊ ਝੀਂਡਾ। ਨਿਊ ਝੀਂਡਾ ਉੱਥੇ ਵੀ ਹੈ ਤੇ ਇੱਥੇ ਵੀ ਨਿਊ ਝੀਂਡਾ? ਇੱਥੇ ਨਿਊ ਝੀਂਡਾ। ਅੱਛਾ, ਜ਼ਿਲ੍ਹਾ? ਜ਼ਿਲ੍ਹਾ ਸ਼ੇਖਪੁਰਾ। ਤੇ ਤਹਿਸੀਲ? ਤਹਿਸੀਲ ਮੇਰੇ ਖਿਆਲ ਸ਼ੇਖਪੁਰਾ। ਸ਼ੇਖਪੁਰਾ ਤੇ ਆਂਢ ਗੁਆਂਢ ਦੇ ਜਿਹੜੇ ਪਿੰਡ? ਆਂਢ ਗੁਆਂਢ ਦੇ ਪਿੰਡ ਪੁਰਾਣਾ ਝੀਂਡਾ ਸਾਡੇ ਨੇੜੇ ਸੀ। ਅੱਛਾ, ਬਾੜ ਸਾਡੇ ਨੇੜੇ ਸਨ, ਬਾੜ ਹੀ ਅਸੀਂ ਪੜ੍ਹਦੇ ਜਾਂਦੇ ਰਹੇ ਹਾਂ। ਬਾਕੀ ਸਾਡੇ ਜਿਹੜੇ ਸੀ ਆਪਣਾ ਲਾਗਰੇ ਵੀ ਨੇੜੇ ਸਨ, ਛਾਬਾਂ ਵਾਲੀ ਮੱਕੀ ਵੀ ਨੇੜੇ ਸੀ, 525 ਮੱਕੀ ਵੀ ਨੇੜੇ ਸੀ, ਜਿਹਦੇ ਵਿੱਚ ਸਾਡੇ ਬੰਦੇ ਸੀ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਰਹਿੰਦੇ ਸਨ ਕਈ। ਠੀਕ ਹੈ। ਤੇ ਬਾਕੀ ਤੁਹਾਡਾ ਪਿੰਡ ਝੀਂਡੇ ਕਿਹੜੀ ਸਾਈਡ ਤੋਂ ਘਰ ਸੀ? ਸਾਡਾ ਸੀ ਚੜ੍ਹਦੇ ਪਾਸੇ। ਪਿੰਡ ਦੇ ਮਤਲਬ ਚੜ੍ਹਦੇ ਪਾਸੇ? ਚੜ੍ਹਦੇ ਪਾਸੇ। ਕਿੰਨਾ ਕੁ ਵੱਡਾ ਪਿੰਡ ਸੀ ਆਪਣਾ? ਪਿੰਡ ਉਹ ਸੀ 12 ਕਿੱਲਿਆਂ 'ਚ। 12 ਕਿੱਲੇ ਪਿੰਡ? 6 ਕਿੱਲੇ ਲੰਮਾ ਸੀ, 2 ਕਿੱਲੇ ਚੌੜਾ ਸੀ। ਤੇ ਕੋਈ ਗੁਰਦੁਆਰਾ? ਗੁਰਦੁਆਰਾ ਵਿਛਲੇ ਸਨ ਅਸੀਂ ਸਾਡੇ ਘਰ ਦੇ ਦੱਖਣ ਪਾਸੇ। ਠੀਕ ਹੈ। ਸਾਡੇ ਘਰ ਦੇ ਨਾ ਦੱਖਣ ਪਾਸੇ ਗੁਰਦੁਆਰਾ ਵਿੱਚ ਬਾਜ਼ਾਰ ਸੀ, ਗੁਰਦੁਆਰਾ ਸੀ, ਤੇ ਉੱਥੇ ਇਸ ਟਾਈਮ ਹੁਣ ਸਕੂਲ ਬਣਿਆ ਹੈ। ਅੱਛਾ, ਗਏ ਹੋਏ ਬਾਪੂ ਜੀ ਤਾਂ ਸਕੂਲ ਬਣਿਆ? ਉੱਥੇ ਸਕੂਲ ਬਣਿਆ। ਕੋਈ ਮਸੀਤ? ਮਸੀਤ ਸੀ, ਉਹ ਕੋਈ ਇੰਨੇ ਕੋਈ ਨਹੀਂ ਸਨ, ਕੋਈ ਵੱਡੇ ਕੋਈ ਰਹਿਣਾ, ਛੋਟੇ ਕਮੀ ਕਾਈ ਹੁਣ ਮਸੀਤ ਸੀ ਛੋਟੀ ਜਿਹੀ, ਉਹ ਸਾਡੇ ਤੋਂ ਹੋਰ ਦੱਖਣ ਪਾਸੇ ਬਾਹਰਲੇ ਪਾਸੇ। ਠੀਕ ਹੈ। ਉਹਨਾਂ ਦਾ ਦੱਖਣ ਸਾਈਡ ਨੂੰ ਸੀ ਜਿੱਥੇ ਸਕੂਲ ਬਣਿਆ, ਉਹਦਾ ਪਿੱਪਲ ਬੜਾ ਵੱਡਾ ਸਾਰਾ, ਵੱਡਾ ਪਿੱਪਲ ਹੈ ਉਸ ਤਰ੍ਹਾਂ। ਠੀਕ ਹੈ। ਉੱਥੇ ਗੁਰਦੁਆਰਾ ਹੁੰਦਾ ਸੀ ਸਾਡਾ, ਉੱਥੇ ਸਾਡੇ ਬਜ਼ੁਰਗ ਉੱਥੇ ਛਾਵੇਂ ਛੂਵੇਂ ਬਹਿੰਦੇ ਸਨ। ਠੀਕ ਹੈ। ਅਤੇ ਆਪਣਾ ਜਿਹੜੇ ਤੁਹਾਡੇ ਕੋਈ ਸੱਜਣ ਮਿੱਤਰ ਯਾਰ ਵੇਲੇ ਜੇ ਕੋਈ ਮੁਸਲਮਾਨ ਨੇ ਕੋਈ ਤੁਹਾਨੂੰ ਯਾਦ ਹੋਵੇ ਉਹਨਾਂ ਦਾ ਨਾਂ? ਉਹਨਾਂ ਨਾਂ ਤਾਂ ਸਾਨੂੰ ਯਾਦ ਰਹਿਣ, ਉੱਥੇ ਜਦੋਂ ਗਏ ਸਾਨੂੰ ਮਿਲਿਆ।
ਹਾਂ ਬਾਪੂ ਜੀ ਆ ਜੀ ਫੋਟੋ ਤੁਸੀਂ ਤੁਹਾਡੇ ਕੋਲ ਨੇ, ਇਹ ਕੌਣ ਨੇ ਆ ਬੰਦੇ? ਇਹ ਸਾਡੇ ਭਰਾ ਹੀ ਨੇ, ਆਹ ਸਾਡਾ ਚਾਚਾ ਲੱਗਦਾ, ਸਾਡਾ ਭਰਾ ਲੱਗਦਾ ਹੈ, ਜਿਹੜੇ ਸਾਡੀ ਬਲਾਦੇ ਨੋਖਰ ਦੇ। ਅੱਛਾ, ਜੇ ਕੋਈ ਵਹਿੰਦਾ ਹੋਵੇ ਆਪਣਾ ਪਾਕਿਸਤਾਨ ਤੇ ਪਛਾਣ ਸਕਦਾ ਕੀ ਨਾਂ ਇਹਨਾਂ ਦਾ? ਇਹਦੇ ਤੇ ਮੁਸ਼ਰਫ ਹੁਸੈਨ, ਮੁਸ਼ਰਫ ਹੁਸੈਨ ਇਹਦੇ ਨਾਲ ਸਰਫਰਾਜ ਹੈ, ਸਰਫਰਾਜ ਇਹ ਚੌਧਰੀ ਤਾਮਨ ਦਾ ਪੁੱਤਰ ਹੈ, ਤਾਮਨ ਦਾ ਪੁੱਤਰ ਠੀਕ ਹੈ, ਇਹ ਸ਼ਾਹ ਮੁਹੰਮਦ ਦਾ ਪੁੱਤਰ ਹੈ, ਸ਼ਾਹ ਮੁਹੰਮਦ ਦਾ ਪੁੱਤਰ ਹੈ। ਇਹ ਹੁਣ ਰਹਿੰਦੇ ਕਿਹੜੇ ਪਿੰਡ ਨੇ? ਇਹ ਨਵੇਂ ਨੋਖਰ, ਨਵੇਂ ਨੋਖ ਰਹਿੰਦੇ ਨੇ, ਪੁਰਾਣਾ ਛੱਡ ਕੇ ਉਹਨਾਂ ਨਵਾਂ ਡੇਰਾ ਆਪਣਾ ਪਾਇਆ, ਚਾਰ ਪੰਜ ਭਰਾ ਨੇ, ਚਾਰ ਪੰਜ ਭਰਾ ਨੇ ਇਹਨਾਂ ਦਾਦੇ ਜਿਹੜੇ। ਤੇ ਤੁਹਾਡਾ ਇਹਨਾਂ ਨਾਲ ਲਿੰਕ ਕਿਵੇਂ ਸੀ? ਪਹਿਲੋਂ ਸਾਡਾ ਬਾਪ ਜਾਂਦਾ ਹੈ ਰਬੇੜ ਸਿੰਘ, ਹਾਂਜੀ ਰਬੇੜ ਸਿੰਘ ਜਾਂਦਾ ਰਹੇ, ਉੱਥੇ ਕੰਮ ਪੈਂਦਾ, ਉਹ ਮਹੀਨਾ ਮਹੀਨਾ ਵੀ ਰਹਿੰਦਾ ਰਹੇ, ਕੋਈ ਕਾਗਜ਼ਾਂ ਦਾ ਕੰਮ ਸੀ ਸਾਡਾ, ਝਗੜਾ ਸੀ ਰਜੀਤੇ ਕੋਟ ਵਾਲੀ ਪੈੜੀ ਦਾ, ਉੱਥੋਂ ਨਕਲਾਂ ਲਿਆਉਣ ਵਾਸਤੇ, ਉਹਨਾਂ ਦੇ ਫਿਰ ਜਾਣ ਜਾਣ ਸੀ। ਇਹਨਾਂ ਦਾ ਦਾਦਾ ਚੌਧਰੀ ਤਾਮਨ ਸਾਡੇ ਕੋਲ ਇੱਥੇ ਆਇਆ ਵੀ ਸੀ, ਇੱਥੇ ਆਏ ਸਾਡੇ ਪਿੰਡ ਖੁਦ ਇੱਥੇ ਪੰਜ ਸੱਤ ਦਿਨ ਰਿਹਾ ਸੀ ਪਹਿਲੋਂ, ਨੜਕਾਣੇ ਸਾਹਿਬ ਸਾਨੂੰ ਆਣੇ ਜਗਦੀਸ਼ ਵਾਲੀ ਪਹਿਲਾਂ ਵੇਖ ਲਈ, ਆ ਜਗਦੀਸ਼ ਗਿਆ ਸੀ ਇਹਨਾਂ ਕੋਲ ਮਹਿਮਦਪੁਰ ਵਾਲਾ, ਜਗਦੀਸ਼ ਮਹਿਮਦਪੁਰ ਤੋਂ, ਠੀਕ ਮਹਿਮਦਪੁਰ ਤੋਂ, ਸਾਡਾ ਨੌਕਰੀ ਠੀਕ ਹੈ, ਇਹਨਾਂ ਦੇ ਵਿੱਚੋਂ ਹੀ ਇਹ ਮੁਸਲਮਾਨ ਹੋਏ ਨੇ। ਅੱਛਾ, ਇਹਨਾਂ ਵਿੱਚੋਂ ਮਤਲਬ ਇਹਨਾਂ ਦੇ ਵਿੱਚੋਂ ਹੀ ਮੁਸਲਮਾਨ ਹੋਏ ਨੇ? ਹਾਂਜੀ ਠੀਕ ਹੈ ਠੀਕ ਹੈ। ਇਹਨਾਂ ਇਹ ਦੋਵੇਂ ਚਾਚਾ ਭਰੀ ਆ ਸਰਫ ਹੁਸੈਨ ਹੈ, ਮੁਸ਼ਰਫ ਹੁਸੈਨ ਠੀਕ ਹੈ, ਸਰਫਰਾਜ ਹੈ ਸਰਫ ਹੁਸੈਨ। ਅੱਛਾ, ਨਾਲ ਦੀਸ਼ ਹੈ ਮਹਿਮਦਪੁਰ, ਦੀਸ਼ ਹੈ ਮਹਿਮਦਪੁਰ, ਪਾਣੀਪਤ ਜ਼ਿਲ੍ਹੇ ਤੋਂ। ਇੱਥੇ ਵੀ ਝੀਂਡਾ ਨਵਾਂ ਹੈ, ਪਿੰਡ ਨਵਾਂ ਵਸਾਇਆ ਰਤੇ ਖਿਚੋ ਆਣ ਕੇ, ਜੰਗਲ ਇੱਥੇ ਸਾਰੇ ਜੰਗਲ ਆਉਂਦੇ ਸਨ, ਜੰਗਲ ਸਾਰੇ ਤਰੋੜ ਕੇ ਤੇ ਫਿਰ ਅਸੀਂ ਵਸਿਆ ਇੱਥੇ, ਬੋਰ ਅਸਾਂ ਕਰਾਇਆ ਬੋਰ ਪਹਿਲਾਂ, ਪਹਿਲੇ ਜਦੋਂ ਸ਼ੁਰੂ ਆਏ ਇੱਥੇ ਕੋਈ ਕਣਕ ਨਹੀਂ ਸੀ, ਕੋਈ ਫਸਲ ਨਹੀਂ ਸੀ ਹੁੰਦਾ, ਤੇ ਅਸੀਂ ਬੜੇ ਤੰਗ ਰਹੇ, ਜੇ ਮਕਈ ਬੀਜਣੀ ਤੋਂ ਵੀ ਅੱਗੇ ਅੱਗੇ ਗਿੱਦੜ ਦੇ ਮਗਰ ਮਗਰ ਅਸੀਂ ਭੱਜਦੇ ਸਾਂ। ਹਾਂ, ਜਦੋਂ ਆਪਾਂ ਪਾਕਿਸਤਾਨ ਹੋਏ, ਆਪਣਾ ਪਾਕਿਸਤਾਨ ਪਿਛੋਕੜ ਕੀ ਸੀ? ਆਪਣਾ ਪਿੰਡ ਪਿਛੋਕੜ ਪਹਿਲਾਂ ਤੇ ਚੂੜਕਾਣਾ ਪਿੰਡ, ਆਪਣਾ ਨੋਖਰ ਪਿੰਡ ਸੀ ਵੱਡਾ, ਜਿਹੜਾ ਸਾਡੇ ਵੱਡੇ ਵਸਾਇਆ ਨੋਖਰੇ ਚ, ਫਿਰ ਅਸੀਂ ਝੀਂਡੇ ਆਏ, ਝੀਂਡੇ ਸਾਨੂੰ ਮੁਰੱਬੇ ਮਿਲੇ ਨੇ, ਪੁਰਾਣੀ ਮੱਕੀ ਦੇ ਇੱਥੇ ਡੇਰਾ ਲਾਇਆ ਤੇ ਕੁਛ ਯਾਤਰੀ ਬਹਿ ਗਏ, ਤੇ ਉਦੋਂ ਫਿਰ ਸਾਨੂੰ ਮੁਰੱਬੇ ਮਿਲੇ ਝੀਂਡਿਆਂ ਦੇ, ਨਵੇਂ ਨਿਊ ਝੀਂਡਾ ਉੱਥੇ ਵੀ, ਉੱਥੋਂ ਫਿਰ ਅਸੀਂ ਜਦੋਂ ਉੱਜੜ ਕੇ ਆਏ ਫਿਰ ਇੱਧਰ ਆ ਗਏ। ਨਹੀਂ, ਉੱਥੇ ਕੀ ਐਸਾ ਵਾਰਦਾਤ ਬਣ ਗਈ ਜਦੋਂ ਤੁਹਾਨੂੰ ਪਤਾ ਲੱਗਾ ਜਦੋਂ ਇਹ ਕੰਮ ਬਣਿਆ ਵੀ? ਉਸ ਵਾਲਾ ਇਹ ਵਾਰਦਾਤ ਬਣ ਗਈ ਸੀ ਭਾਈ, ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਸਾਨੂੰ ਕੋਈ ਪਤਾ ਨਹੀਂ ਸੀ ਭਾਈ ਇੰਨਾ ਵਕਤ ਸਾਡਾ ਜ਼ੁਲਮ ਹੋਣਾ ਹੈ। ਤੇ ਉੱਥੋਂ ਸਾਡੇ ਕੋਲ ਇੱਕ ਦਿਨ ਮੈਂ ਗਲਬੀ ਦੇ ਵਾੜੇ ਤੇ ਬੈਠਾ, ਮੇਰਾ ਤਾਇਆ ਕੋਲ ਖੁਰਲੀ ਦੇ ਉੱਤੇ, ਉੱਥੋਂ ਅੰਜ ਵੇਖੀ ਵੈ ਅੱਗ, ਮੈਂ ਕਿਹਾ ਬਾਪੂ ਜੀ ਉਹ ਤੂੰ ਕਾਹਦਾ ਨਿਕਲਦਾ ਪਿਆ, ਆਖਣ ਲੱਗਾ ਪੁੱਤਰ ਸ਼ੇਖਪੁਰੇ ਨੂੰ ਅੱਗ ਲੱਗੀ ਹੈ। ਅੱਛਾ ਅੱਛਾ। ਉਦੋਂ ਪੰਜੀ ਚੌਂ ਦਿਨ ਪਿੱਛੇ ਫਿਰ ਸਾਡੇ ਜਿਹੜੇ ਨਾਨਕ ਚੱਠੇ ਉਹ ਪੀਰ ਦੇ ਕੋਟ ਤੇ ਸਨ, ਉਹ ਸਾਰੇ ਉੱਜੜ ਕੇ ਸਾਡੇ ਕੋਲ ਆ ਗਏ, ਆ ਗਏ ਤੇ ਤਾਂ ਵੀ ਅਸੀਂ ਨਾ ਸੱਚ ਮੰਨੀ, ਉਹ ਸਾਨੂੰ ਆਖਣਾ ਅਸੀਂ ਚਿੜ ਗਿਆ ਤੁਸੀਂ ਘੋਲ ਬੰਦੇ ਹੋ, ਫਿਰ ਪਲੇਅਰ ਤੋਂ ਉਹ ਵੀ ਆ ਗਏ, ਸਾਡੇ ਕੋਲ ਕੋਈ ਘੱਟ ਤੋਂ ਘੱਟ ਝੀਂਡੇ ਕੋਈ 200-300 ਆਦਮੀ ਆ ਗਿਆ, ਵੀ ਪਿੱਛੋਂ ਉੱਠ ਕੇ ਤੁਹਾਡੇ ਕੋਲ ਆ ਗਏ, ਸਾਡੇ ਕੋਲ ਆ ਗਏ, ਤੁਹਾਨੂੰ ਸੁਰੱਖਿਅਤ ਸਮਝ, ਤੁਸੀਂ ਸਹੀ ਹੋ, ਤੁਸੀਂ ਸਹੀ ਹੋ, ਠੀਕ ਹੈ, ਸਾਡਾ ਸੱਚਾ ਸੌਦਾ ਨੇੜੇ ਸੀ, ਨੇੜੇ ਸੱਚੇ ਸੌਦੇ ਤੇ ਫਿਰ ਸਾਨੂੰ ਵੀ ਉਹ ਆਇਆਂ ਤੋਂ ਬਾਅਦ ਸਾਨੂੰ ਵੀ ਕੋਈ ਦੇਣਾ, ਉੱਥੋਂ ਸਾਨੂੰ ਨਿਕਲਣਾ ਪੈ ਗਿਆ। ਠੀਕ ਠਾਕ ਪ੍ਰੇਮ ਵੀ ਸੀ, ਭਾਈਚਾਰਾ ਆਉਣਾ ਜਾਣਾ ਵੀ ਠੀਕ ਤੁਹਾਡਾ, ਇਕਦਮ ਐਸਾ ਕੀ ਹੋ ਗਿਆ ਕਿ ਮਾਰ ਕੱਟ ਵੱਢ ਕੱਟ ਹੋ ਗਈ, ਐਸਾ ਕੀ ਬਣ ਗਿਆ ਜਦੋਂ ਇੰਨਾ ਸਮਝ ਲਿਆ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਪੰਜਾਬ ਅੱਧਾ ਤੋਂ ਉੱਧਰ ਹੋ ਗਿਆ, ਅੱਧਾ ਤੋਂ ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਫਿਰ ਉਹਨਾਂ ਸਾਨੂੰ ਮਿਲਟਰੀ ਉੱਥੋਂ ਫਿਰ ਦੇਸ਼ ਹੋ ਗਏ, ਮਿਲਟਰੀ ਆਈ, ਉਹ ਸਾਨੂੰ ਜਿਹੜੇ ਪਿੰਡ ਸਾਡੇ ਗਰ ਕੀਤੇ ਮਿਲਟਰੀ ਕੀਤੇ ਨੇ, ਆਪਸ ਹੀ ਨਹੀਂ ਕੀਤੇ ਸਾਰੇ, ਕੱਢਣ ਤੋਂ ਬਾਅਦ ਇਹਨਾਂ ਕੱਢੋ ਨਿਕਲਦੇ ਨੇ, ਠੀਕ ਹੈ, ਫਿਰ ਇਸ ਤਰ੍ਹਾਂ ਜਿਵੇਂ ਉਹਨਾਂ ਉੱਧਰ ਨਿਕਲ ਕੇ ਸਾਡੇ ਕੋਲ ਆ ਗਏ, ਫਿਰ ਅਸੀਂ ਉਹ ਸਾਡੇ ਜਿਹੜੇ ਬਾਪੂ ਜੀ ਉੱਥੇ ਜਦੋਂ ਤੁਸੀਂ ਗੱਡੀਆਂ ਤੁਰੀਆਂ ਨੇ, ਤੁਹਾਡੀ ਉੱਥੇ ਹੈਲਪ ਵੀ ਕੀਤੀ, ਮਦਦ ਵੀ ਕੀਤੀ ਕਿਸੇ ਨੇ ਵੀ, ਹੁਣ ਜੀ ਸਾਡੇ ਬੰਦੇ ਚੱਲੇ ਨੇ, ਕੋਈ ਮਦਦ ਕਰਨ ਵੀ ਤੁਹਾਡੀ ਆਇਆ? ਮਦਦ ਕਰਨ ਆਏ ਸਨ, ਚੂੜਕਾਣੇ ਦੇ ਆਪਣੇ ਨੋਖਰ ਦੇ ਸਾਡੇ ਸਨ, ਚੌਧਰੀ ਤਾ ਮੁਹੰਮਦ ਸ਼ਾਹ ਮੁਹੰਮਦ, ਤਾ ਮੁਹੰਮਦ ਸ਼ਾਹ ਮੁਹੰਮਦ, ਵਲੀ ਮੁਹੰਮਦ, ਵਲੀ ਮੁਹੰਮਦ, ਹਾਂ ਇਹ ਆਏ ਸਨ, ਜਿੰਨੀਆਂ ਗੱਡੀਆਂ ਸੱਚੇ ਸੌਦਾਈਆਂ ਨੇ ਉਹਨਾਂ ਸਾਰੀਆਂ ਆਪਣੇ ਇੱਥੇ ਵਿਦਿਆ ਕੀਤੀਆਂ ਨੇ ਸਾਨੂੰ ਸਾਫ ਸੁਥਰਾ ਨਾਲ। ਅੱਛਾ, ਮਤਲਬ ਉਹਨਾਂ ਨੇ ਤੁਹਾਡੀਆਂ ਗੱਡੀਆਂ ਨੂੰ ਆ ਕੇ ਵਿਦਿਆ ਵੀ ਕੀਤਾ? ਵਿਦਿਆ ਵੀ ਉਹਨਾਂ ਕੀਤਾ, ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ। ਠੀਕ ਹੈ, ਉਹਨਾਂ ਤੁਹਾਡੇ ਮਤਲਬ ਆਪ ਹੀ ਵਿਛੋੜਿਆ ਆਏ, ਮੈਂ ਭਰਾ ਵੀ ਸਾਡੇ ਭਰਾ ਚੱਲੇ, ਦੁੱਖ ਵੀ ਇਸ ਚੀਜ਼ ਦਾ ਮਨਾਇਆ ਉਹਨਾਂ ਨੇ, ਬੜਾ ਦੁੱਖ ਮਨਾਇਆ, ਰੋਂਦੇ ਸਨ ਸਾਡੇ ਭਰਾ ਲੱਗੇ ਜਾਂਦੇ, ਹਾਂ ਇਸ ਚੀਜ਼ ਦਾ ਦੁੱਖ ਮਨਾਇਆ। ਅਤੇ ਉਹ ਫਿਰ ਆਪ ਜੀ ਕਿਵੇਂ ਗੱਡੀ 'ਚ ਵੇਖਿਆ ਰਾਹ 'ਚ ਕੋਈ ਹਾਦਸਾ ਵਾਰਦਾਤ ਵੇਖੀ ਜਾਂ ਕੋਈ ਕਹਾਣੀ ਆ? ਉਸ ਵੇਲੇ ਤਾਂ ਕੋਈ ਨਹੀਂ, ਜਿਸ ਵੇਲੇ ਅਸੀਂ ਗੱਡੀ ਟੁਰੀ ਹੈ ਨਾ ਇੱਥੋਂ ਸੱਚੇ ਸੌਦੇ ਹੋ, ਉਸ ਵੇਲੇ ਇੱਕ ਮੁੰਡੇ ਨੇ ਗੀਤ ਗਾਇਆ ਸੀ। ਅੱਛਾ, ਉਸ ਆਖਿਆ ਲਾਲ ਫੜਕਾਰੀ ਤੇ ਸਭੇ ਬੂਟੀਆਂ, ਸਾਰੇ ਜਹਾਨ ਦੀਆਂ ਗੱਲਾਂ ਝੂਠੀਆਂ, ਇੰਜਣ ਮਾਰੀ ਕੂਕ ਤੇ ਗੱਡੀ ਲਾਰੇ ਲੱਗ ਗਈ,
ਛੋਟੇ ਛੋਟੇ ਟੇਸ਼ਨਾਂ ਪਛਾਣ ਛੱਡ ਗਈ, ਨਾਲੇ ਬਾਬੂ ਰੋਵੇ ਨਾਲੇ ਜਾਵੇ ਹਿੰਦ ਨੂੰ, ਪਰਤ ਕੇ ਨਹੀਂ ਆਉਣਾ ਬਾਬਲਾਂ ਦੇ ਪਿੰਡ ਨੂੰ। ਵਾਹ ਜੀ ਵਾਹ, ਕਿੰਨੀਆਂ ਗੱਲਾਂ ਕਹਾਵਤਾਂ ਬਣੀਆਂ ਹੈ, ਤੇ ਅੱਜ ਵੀ ਤੁਹਾਨੂੰ ਉਹ ਗੱਲਾਂ ਅੱਜ ਵੀ ਸਾਨੂੰ ਯਾਦ ਨੇ, ਸਾਨੂੰ ਵੇਖ ਕੇ ਕਹਾਵਤ ਬਣ ਗਈ ਤੇ ਅੱਜ ਵੀ ਗੱਲਾਂ ਤੁਸੀਂ ਚੇਤਾ ਕਰਦੇ ਹੋ। ਇਹ ਆਉਂਦਾ ਵੀ ਮੁੜ ਕੇ ਨਹੀਂ ਆਉਣਾ ਬਾਬਲਾ ਪਿੰਡ, ਫਿਰ ਗਏ ਨੀ ਅਸੀਂ, ਹੁਣ 60 ਸਾਲ ਪਿੱਛੋਂ ਗਏ, ਬਸ ਸਾਨੂੰ ਕਿਸੇ ਜਾਣਾ। ਫਿਰ ਐਸਾ ਕੰਮ ਬਣ ਗਿਆ ਜੋ ਸਾਰੇ ਨਿਕਲ ਗਏ, ਸੱਚੇ ਸੋ ਤੇ ਕੰਪ ਬਣ ਗਿਆ। ਕੰਪ ਬਣਨ ਨਾਲ ਫਿਰ ਅਸੀਂ ਇੱਥੋਂ ਕੰਪ ਚ ਜਾ ਕੇ ਮੱਝੀ ਚੋਕ ਲਿਆਉਂਦੇ ਰਹੇ ਹਾਂ। ਤੁਸੀਂ ਮਤਲਬ ਕੈਂਪ ਦੇ ਵਿੱਚੋਂ? ਹਾਂ, ਕੈਂਪ ਦੇ ਵਿੱਚ ਤੁਸੀਂ ਮਤਲਬ ਉੱਥੋਂ ਆਪਣਾ ਪਿੰਡ ਛੱਡ ਕੈਂਪ ਜਾ ਕੇ, ਕੈਂਪ ਸੱਚੇ ਸੋ ਦੇ, ਸੱਚੇ ਸੋ ਕੈਂਪ ਜਾ ਕੇ। ਅੱਛਾ, ਕੈਂਪ ਦੇ ਵਿੱਚੋਂ ਆਪਣੇ ਘਰ ਦੁਬਾਰਾ ਫਿਰ ਗਏ? ਫਿਰ ਘਰ ਨਹੀਂ ਗਏ। ਅੱਛਾ, ਮਤਲਬ ਨਹੀਂ ਮੱਝਾਂ ਚੋਣ ਲਾ ਲਓ? ਹਾਂ, ਮੱਝਾਂ ਸਾਡੇ ਭਰਾ ਜਿਹੜੇ ਸਨ ਉਹ ਸਾਰੇ ਮੱਝਾਂ ਸ਼ਾਮੀ ਸਵੇਲੇ ਚੋਣ ਲਿਆਉਣੀਆਂ। ਹਾਂ, ਤੇ ਆਪ ਸ਼ਾਮ ਨੂੰ ਕੈਂਪ ਜਾਣਾ ਆਪਣੇ? ਆਹੋ, ਕੰਮ ਵੀ ਦੁੱਧ ਲੈ ਆਉਣਾ ਘੋੜੀਆਂ ਹੀ ਸਨ ਕੋਲ। ਹਾਂ, ਫਿਰ ਉੱਥੇ ਉਹਨਾਂ ਕਿਹਾ ਤੁਸੀਂ ਹੁਣ ਨਾ ਆਵੋ, ਇੱਥੇ ਮਿਲਟਰੀ ਲੱਗ ਪਈ ਪਾਉਣ, ਮਿਲਟਰੀ ਪਾਉਣ ਦੀ ਮਤਲਬ ਤੁਹਾਡਾ ਨੁਕਸਾਨ ਹੋ ਜੀ। ਫਿਰ ਇਹਨਾਂ ਦਿਹਾੜੀ ਕੁਝ ਨਾ ਗਏ, ਫਿਰ ਅੱਗੋਂ ਕਾਫਲਾ ਟੁਰਨਾ ਸੀ, ਕਾਫਲਾ ਟੁਰਨਾ ਸੀ ਜਿਸ ਵੇਲੇ ਤੇ ਆਪਣੇ ਡੰਗਰ ਸਾਰੇ ਲੈ ਆਉਂਦੇ ਸੱਚੇ ਸੋਦੇ, ਟੱਗੇ ਮੱਝੀ ਕੋੜੀਆਂ, ਕੋਈ ਜਿਹੜਾ ਨਹੀਂ ਸੀ ਟੁਰਨ ਜਾ ਉਹਨਾਂ ਦੇ ਆਪਣੇ ਸਾਈ ਜਿਹੜੇ ਨੌਕਰ ਸਨ ਉੱਥੋਂ। ਫਿਰ ਅਸੀਂ ਸੱਚੇ ਸੋ ਸਵੇਰੇ ਕੰਪ ਕਾਫਲਾ ਟੁਰਨਾ ਸੀ। ਹਾਂਜੀ, ਸਾਡੇ ਦੋ ਤਾਏ ਦੇ ਪੁੱਤਰ, ਅੱਛਾ, ਉਹ ਗਏ ਆਪਣੀ ਮੱਝੀ ਲੈਣ, ਪੁਰਾਣੀ ਛਾਬਾਂ ਵਾਲੀ ਮੱਖੀ, ਉਹ ਛਾਬਾਂ ਵਾਲੀ ਮੱਖੀ ਹੁੰਦਾ ਸਾਡਾ ਇੱਕ ਕੁੰਬਾ, ਠੀਕ ਹੈ, ਉਹ ਮੱਝੀ ਲੈਣ ਗਏ। ਇੱਕ ਪੂਰਨ ਸਿੰਘ ਨਾਲ ਤੇ ਇੱਕ ਊਧਮ ਸਿੰਘ ਤੇ ਇੱਕ ਆਪਣਾ ਮਹਿਲ ਸਿੰਘ, ਇਹ ਤਰਾਵੇ ਗਏ। ਉਹਨਾਂ ਆਖਿਆ ਸੀ ਮੱਝੀ ਲੈਣ ਸਵੇਰੇ ਆਪਣਾ ਉੱਥੇ ਜਾਣਾ ਤੇ ਕਾਫਲੇ ਨਾਲ ਟੋਰਾਂਗੇ। ਜਿਹੜੇ ਲੋਕ ਗਏ ਛਾਬਾਂ ਵਾਲੀ ਮੱਖੀ ਉੱਥੇ ਵੱਸਦੇ ਸਨ, ਉੱਥੇ ਗਏ ਤਾਂ ਉੱਥੇ ਮਿਲਟਰੀ ਆਈ ਸੀ। ਮਿਲਟਰੀ ਆਈ ਤਾਂ ਉਹਨਾਂ ਚੂੜਿਆਂ ਵੀ ਆਖਿਆ ਭਾਈ ਉਹ ਸਰਦਾਰ ਆ ਗਏ, ਮਿਲਟਰੀ ਲੱਗ ਗਈ ਮਗਰ, ਮਗਰ ਲੱਗਿਆ ਉਹ ਭੱਜ ਕੇ ਕਮਾ ਦੇ ਵੜ ਗਏ। ਕਮਾ ਦੇ ਵੜ ਗਏ ਤੇ ਜਿਹੜਾ ਸੀ ਨਾ ਉਹ ਆਪਣਾ ਪੂਰਨ ਕਮੋਹ ਸਿੱਖ ਤੋਂ ਪਟਿਆਲੇ, ਆਪਣਾ ਪੂਰਨ ਕਮੋਹ ਸਿੱਖ ਤੋਂ ਪਟਿਆਲੇ ਗਿਆ ਸੀ, ਠੀਕ ਹੈ। ਉਹ ਤਾਂ ਭੱਜ ਕੇ ਚੜ੍ਹ ਕੇ ਉੱਤੇ ਦਰਖਤ ਦੇ ਉੱਤੇ ਸੀ ਬੜਾ, ਉੱਥੇ ਚੜ੍ਹ ਗਿਆ। ਉਹਨਾਂ ਦੋਵਾਂ ਨੂੰ, ਭਰਾਵਾਂ ਨੂੰ, ਚਾਚੇ ਬਾਬੇ ਭਰਾ ਤੋਂ, ਉਹਨਾਂ ਦੋਵਾਂ ਨੂੰ ਉਹਨਾਂ ਕਮਾ ਦੇ ਕੱਢ ਕੇ ਨਹਿਰ ਦੇ ਉੱਤੇ ਖਲਾਸ ਕੇ ਗੋਲੀ ਮਾਰੀ, ਗੋਲੀ ਮਾਰ ਕੇ ਲੈ ਸਕਦੇ। ਸਾਨੂੰ ਫਿਰ ਰਾਤ ਨੂੰ ਪਤਾ ਲੱਗਿਆ ਫਿਰ ਸਮਰੇ ਆਹ ਕਰ, ਸਵੇਰੇ ਫਿਰ ਕਾਫਲਾ ਟੋਰਿਆ, ਕਾਫਲਾ ਜਿਹੜਾ ਸੀ ਉਹ ਸਵੇਰੇ ਆ ਗਿਆ, ਮਾਲ ਡੰਗਰ ਸਰ, ਅਸੀਂ ਫਿਰ ਵੀ ਉੱਥੇ ਰਹੇ ਹਾਂ ਸੱਚੇ ਸੋਦੇ, ਕੁਛ ਅਸੀਂ 1.5-2 ਮਹੀਨਾ ਰਹੇ ਸੱਚੇ ਸੋਦੇ। ਅਤੇ ਜਿਹੜਾ ਇੱਕ ਸੁਣਿਆ ਜਾਂਦਾ ਬੜੀਆਂ ਲਾਸ਼ਾਂ ਤੁਸੀਂ ਵੇਖੀਆਂ ਜਾਂ ਵੱਟ ਕੱਟ ਬੜੀ ਤੁਸੀਂ ਵੇਖੀ ਆਪਣੇ ਅੱਖੀ ਕੁਝ ਉੱਥੇ ਵੇਖਿਆ? ਵੇਖੋ ਜੀ, ਵੱਧ ਕੱਟ ਦੇ ਵਿੱਚ ਰੋਕ ਲਈਏ ਸ਼ੇਖਪੁਰੇ, ਸ਼ੇਖਪੁਰੇ ਰੋਕ ਲਈ, ਸ਼ੇਖਪੁਰੇ ਰੋਕ ਲਈ, ਉੱਥੇ ਕੁਝ 3-4 ਘੰਟੇ 5 ਘੰਟੇ ਖੜੀ ਰਹੀ ਹੈ, ਅਗਾਂਹ ਨਹੀਂ ਜਾਣ ਦਿੰਦੀ। ਹਾਂ, ਉੱਥੋਂ ਫਿਰ ਉਹਨਾਂ ਜਿਹੜੇ ਬੀਬੀਆਂ ਭੈਣਾਂ ਸਨ ਉਹਨਾਂ ਬੱਚਿਆਂ ਦਾ ਪਿਸ਼ਾਬ ਪੀਂਦੇ ਰਹੇ ਨੇ। ਵੇਖੋ ਜੀ, ਇੰਨਾ ਇਹ ਮਤਲਬ ਬੱਚਿਆਂ ਦਾ ਪਿਸ਼ਾਬ ਤੱਕ ਪੀਤਾ, ਇੰਨੇ ਮਾੜੇ ਹਾਲਾਤ ਸਾਡੇ ਬਜ਼ੁਰਗਾਂ ਨੇ ਵੇਖੇ। ਤੇ ਜਦੋਂ ਆਉਂਦੇ ਨੇ ਮਾਰਕਟ ਇਧਰੋਂ ਪਹਿਲਾਂ ਹੋਈ ਹੈ, ਇੰਡੀਆ 'ਚ ਹੋਈ ਹੈ ਜਾਂ ਉਧਰੋਂ ਹੋਈ ਸੀ, ਤੁਹਾਨੂੰ ਕੀ ਸਮਝਦੇ ਹਨ? ਕੋਈ ਤਾਂ ਕਹਿੰਦਾ ਹੈ ਕਿ ਨਹੀਂ ਇੰਡੀਆ ਵਾਲੇ ਪਹਿਲੋਂ ਵਾਟਕਾ ਗੱਡੀਆਂ ਵਾਡੇ ਘੱਲੀਆਂ ਪਾਕਿਸਤਾਨ, ਫਿਰ ਪਾਕਿਸਤਾਨ ਸ਼ੁਰੂ ਕੀਤਾ। ਨਹੀਂ ਨਹੀਂ, ਪਹਿਲੋਂ ਉਹਨੇ ਤੇ ਕਿੰਦੇ ਜੋ ਤੁਸੀਂ ਤੇ ਵੇਖੇ ਆਪਣੇ ਲੜਾਈ ਤੁਹਾਡੀ ਉਸ ਟਾਈਮ ਉਹਦੇ ਸੁਣੇ ਸੀ, ਪਹਿਲੋਂ ਉਹਨਾਂ ਵੱਡੀਆਂ ਤੇ ਬਾਅਦ ਇਹਨਾਂ ਵੱਡੀਆਂ, ਅਤੇ ਪਹਿਲੋਂ ਪਾਕਿਸਤਾਨ ਗੱਡੀਆਂ ਵਾਟ ਉਹਨਾਂ ਵੱਡੀਆਂ, ਜਿਵੇਂ ਪਲੇਅਰ ਖਤਮ ਕੀਤਾ, ਹਾਂ, ਪੀਰੇ ਦਾ ਕੋਟ ਨੜਾ ਇਹਨਾਂ ਖਤਮ ਕੀਤਾ, ਕਈ ਪਿੰਡ ਇਹਨਾਂ ਖਤਮ ਕਰ ਛੇੜੇ, ਕੋਈ ਗੱਡੀਆਂ ਇੱਕ ਤੋਂ ਸਾਡੀਆਂ ਵੱਡੀਆਂ ਗਈਆਂ। ਉਦੋਂ ਪਿੱਛੇ ਵੇਲੇ ਇੱਥੋਂ ਇਹਨੂੰ ਖਬਰ ਆਈ ਤੇ ਇਹਨਾਂ ਫਿਰ ਬਾਅਦ ਕੀਤੀ, ਫਿਰ ਮੈਂ ਉਸ ਤੋਂ ਬਾਅਦ ਇੰਡੀਆ ਵਾਲਿਆਂ ਨੇ ਬਾਅਦ 'ਚ ਕੰਮ ਇੰਡੀਆ ਬਾਅਦ ਕੀਤਾ, ਪਹਿਲੋਂ ਇੱਧਰੋਂ ਵਾਰ ਤੋਂ ਉੱਧਰੋਂ ਸ਼ੁਰੂ ਹੋਈ ਜਾਂਦੀ ਪਾਕਿਸਤਾਨ ਤੋਂ ਹੋਈ, ਉਹ ਗੱਡੀ ਗਈ ਵਾਪਸ, ਹਾਂ, ਫਿਰ ਕੰਪੇ 'ਚ, ਕੰਪੇ 'ਚ ਅਸੀਂ ਗਈ ਹੈ ਤੇ ਉੱਥੇ ਜਾ ਕੇ ਤੇ ਫਿਰ ਉਹ ਲੈ ਤੇ ਬਿਮਾਰੀ ਪੈ ਗਈ। ਅੱਛਾ, ਬਿਮਾਰੀ ਪੈ ਗਈ, ਫਿਰ ਬਿਮਾਰੀ ਪੈ ਗਈ ਜਦੋਂ, ਹਾਂ, ਲਾਸ਼ਾਂ ਕਰਕੇ ਮਤਲਬ ਜਦੋਂ ਭੁੱਖੇ ਤਸੇ ਤੇ ਫਿਰ ਬਿਮਾਰੀ ਪੈਣੀ। ਹਾਂ, ਉਸ ਟਾਈਮ ਸਾਡੇ 3 ਜੀ ਮਕੈ ਨੇ, ਤੁਹਾਡੇ 3 ਜੀ? ਹਾਂ, ਇੱਕ ਨਾਨਾ, ਇੱਕ ਮਾਤਾ, ਇੱਕ ਭਰਾ। ਵੇਖੋ ਜੀ, ਜਿਹਨਾਂ ਇੰਨਾ ਦੁੱਖ ਵੇਖਿਆ ਉਹ ਮੌਕਾ ਯਾਦ ਕਰਦੇ ਨੇ ਤੇ ਉਹਨਾਂ ਅੰਦਰ ਅਥਰੂ ਕਿਵੇਂ ਆਉਂਦੇ ਨੇ ਬਾਹਰ। ਇਹੋ ਜਿਹਾ ਮਾੜਾ ਟਾਈਮ ਇਹਨਾਂ ਨੇ ਵੇਖਿਆ ਵੀ ਭੁੱਖੇ ਰਹਿ ਰਹਿ ਕੇ, ਤਸੇ ਰਹਿ ਰਹਿ ਕੇ ਉਹਨਾਂ ਨੇ ਜ਼ੁਲਮ ਕਿੰਨਾ ਕੀਤੇ ਆਪਸਦਾਰੀ, ਕੋਈ ਕਿਸੇ ਦਾ ਜਾਤੀ ਮਸਲਾ ਨਹੀਂ, ਕੋਈ ਜਾਤੀ ਮਸਲਾ, ਕੋਈ ਆਪਸ ਦੇ ਇਹਨਾਂ ਨੇ ਲੋਕਾਂ ਨੇ ਵੱਢ ਕੱਢ ਕੇ ਉਹਨਾਂ ਇਹਨਾਂ ਦੇ ਕਹਿਣ ਤੋਂ ਬਾਅਦ ਕੀ ਨੁਕਸਾਨ ਹੋਇਆ ਤੇ ਪੰਜਾਬੀ ਦਾ ਹੋਇਆ? ਪੰਜਾਬ ਹੀ ਲੜਿਆ, ਹੋਰ ਕੋਈ ਨਹੀਂ। ਉਧਰ ਪੁੱਛਣੇ ਆਉਂਦੇ ਨਾ ਨਾ, ਜਿਹੜੇ ਗੁਜਰਾਤ ਸੀ ਜਾਂ ਹੋਸਟਲ ਸਾਰੇ ਸਹੀ, ਯੂਪੀ ਸਾਰੀ ਸਹੀ, ਸਿਰਫ ਨੁਕਸਾਨ ਹੋਇਆ ਤੇ ਸਾਡਾ ਹੋਇਆ, ਪੰਜਾਬ ਸਾਡਾ ਪੰਜਾਬੀਆਂ ਦਾ ਹੋਇਆ, ਜੇ ਉਹ ਪਾਕਿਸਤਾਨ ਪੰਜਾਬ ਆ ਗਿਆ ਚਾਹੇ ਹਿੰਦੁਸਤਾਨ ਪੰਜਾਬ ਆ ਗਿਆ, ਅਸੀਂ ਆਪਸ 'ਚ ਦੋ ਕੰਮ ਆਡਰ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਜਦੋਂ ਇੱਧਰ ਆ ਗਏ ਮੁੜ ਕੇ ਲਾਟ ਹੋਇਆ ਉਹ ਗੱਡੀ ਵਾਪਸ ਗਈ, ਵਾਪਸ ਜਾਣ ਨਾਲ ਫਿਰ ਬਿਮਾਰੀ ਫੈਲ ਗਈ, ਬੜਾ ਮੁਲਕ ਮਰਿਆ, ਸਾਡੇ ਜੀ ਵੀ ਗਏ। ਉਹ ਗੱਡੀ ਤੋਂ ਬਾਅਦ ਫਿਰ ਗੱਡੀ ਆਈ,
ਗੱਡੀ ਆ ਕਾਈ ਚ ਸੜੇ ਆਉਣੀ ਸੀ ਜਾਣਾ ਹਿੰਦੁਸਤਾਨ ਕੋਈ ਢਾਬਾ ਲਵਾਈ ਢਾਬਾ ਵੀ ਕੰਪਾਈ ਸੀ ਉਧਰੋਂ ਆਏ ਤੇ ਫਿਰ ਬੰਦੇ ਚੜੇ ਇੱਕ ਗੱਡੀ ਤੇ ਗਈ ਆ ਦੂਜੀ ਗੱਡੀ ਫਿਰ ਜਿਹੜੇ ਪ੍ਰੀਚੀ ਹੈ ਗੱਡੀ ਉਹਨਾਂ ਕੱਲੀ ਹੈ ਸਾਨੂੰ ਲਿਜਾਣ ਵਾਸਤੇ ਦੂਜੀ ਗੱਡੀ ਜਿਹੜੇ ਕੱਲੀ ਹੈ ਉਹਨਾਂ ਉਹਨਾਂ ਕੱਲੀ ਹੈ ਤੇ ਗੱਡੀ ਉਹ ਖਿਲਾਰੀ ਨੇ ਸਟੇਸ਼ਨ ਸੱਚਾ ਸੌਦਾ ਲੰਘ ਕੇ ਨਾਲ ਸਾਰਾ ਮੁਲਕ ਸਾਡਾ ਭੱਜਾ ਵਾ ਗੱਡੀ ਆ ਕੇ ਚੜਨਾ ਸਮਾਨ ਲੈ ਕੇ ਭੱਜ ਵਾ ਕੇ ਸਾਰੇ 300 ਆਦਮੀ ਸੀ ਫਟਾਫਟ ਚੜ੍ਹ ਚੜ੍ਹ ਜਾਈਏ ਗੱਡੀ ਚੜ੍ਹ ਜਾਈਏ ਗੱਡੀ ਚੜ੍ਹ ਜਾਈਏ ਮੈਂ ਚੜ੍ਹ ਜਾ ਮੈਂ ਚੜ੍ਹ ਜਾ ਸਾਰਿਆਂ ਨੇ ਮਤਲਬ ਇਹ ਜਿਹੜੇ ਵੇਖਿਆ ਨਾ ਬਾ ਨੇੜੇ ਆ ਗਏ ਨੇ ਹੁਣ ਉਸੇ ਨੂੰ ਗੋਲੀ ਖੋਲ ਦਿੱਤੀ ਹੈ ਅੱਛਾ ਜੀ ਗੋਲੀ ਫਾਇਰਿੰਗ ਖੋਲ ਦਿੱਤੀ ਹੈ ਉਸੇ ਨੂੰ ਫਾਇਰਿੰਗ ਖੋਲ ਦਿੱਤੀ ਉਸੇ ਸਾਡਾ ਉੱਥੇ 300-400 ਆਦਮੀ ਮਰਿਆ ਸੱਚੇ ਦੇਖੋ ਜੀ 300-400 ਬੰਦਾ ਜੋ ਇਹ ਤੇ ਭੱਜ ਕੇ ਚੜ੍ਹੇ ਨੇ ਵੀ ਗੱਡੀ ਆਈ ਵੀ ਫਟਾਫਟ ਚੜ੍ਹਨੇ ਆ ਚੜ੍ਹਨੇ ਆ ਤੇ ਉਹ ਇੱਕਦਮ ਗਏ ਤੇ ਭੱਜ ਕੇ ਚੜ੍ਹਨ ਵਾਸਤੇ ਨੇ ਸਿਆਣੇ ਬਣ ਜਾਓ ਮੈਂ ਇੱਕ ਮਿੰਟ ਅਸੀਂ ਲਾਹੌਰ ਫੂਕਾਂ ਦੇ ਜਿਹੜੇ ਗ੍ਰਨੇਡ ਸਨ ਉਹਨੂੰ ਕੋਲ ਅਸੀਂ ਲਾਹੌਰ ਫੂਕ ਦਿਆਂਦੇ ਤੁਸੀਂ ਇਹਨਾਂ ਨੂੰ ਹੱਥ ਲਾਇਆ ਦੇ ਫਿਰ ਇਹਨਾਂ ਚ ਖਬਰ ਹੋ ਗਈ ਹਿੰਦੁਸਤਾਨ ਚ ਇੱਥੋਂ ਮੈਂ ਟਰੱਕ ਗਏ ਨੇ ਹਿੰਦੁਸਤਾਨ ਚ ਵੇਖੋ ਜਿੰਨਾ ਦੁੱਖ ਹੰਡਾਏ ਨੇ ਅੱਜ ਵੀ ਉਹ ਦੁੱਖ ਬਾਹਰ ਹੁੰਦੇ ਨੇ ਬੜੇ ਕਿਵੇਂ ਮਤਲਬ ਇਹਨਾਂ ਦਾ ਟਾਈਮ ਹੰਡਾਇਆ ਅੱਜ ਵੀ ਵੇਖੋ ਉਹ ਗੱਲਾਂ ਚੇਤੇ ਕਰਕੇ ਕਿੰਨਾ ਮਤਲਬ ਭਾਵੁਕ ਹੁੰਦੇ ਨੇ ਲੋਕੀ ਵੇਖੋ ਜਿੰਨਾ ਉਹ ਦੁੱਖ ਵੇਖੇ ਨੇ ਅੱਜ ਸਾਨੂੰ ਤੇ ਐਸ਼ ਉਹ ਆਰਾਮ ਮਿਲ ਗਏ ਨੇ ਬੜੇ ਵਧੀਆ ਕਿਵੇਂ ਹਿੰਦੁਸਤਾਨ ਪਾਕਿਸਤਾਨ ਬਣਿਆ ਬਾਕੀ ਇਹਨਾਂ ਨੂੰ ਪੁੱਛੋ ਵੀ ਇਹਨਾਂ ਕੀ ਆਪਣੇ ਸਰੀਰ ਤੇ ਕੀ ਕੁਛ ਹੰਡਾਇਆ ਇਹਨਾਂ ਨੂੰ ਅੱਜ ਵੀ ਉਹ ਦਿਨ ਯਾਦ ਆ ਕੇ ਸਾਨੂੰ ਅੱਜ ਵੀ ਰੋਂਦੇ ਜਿਨ੍ਹਾਂ ਨੇ ਆਪਣੇ ਆਪਣੇ ਹੱਥੀ ਆਪਣੇ ਭਰਾ ਚਾਚੇ ਦੇ ਪੁੱਤਰ ਪਤਰੀਏ ਜਿਨ੍ਹਾਂ ਗਵਾਏ ਨੇ ਉਹਨਾਂ ਨੂੰ ਇਸ ਚੀਜ਼ ਦਾ ਦੁੱਖ ਹੈ ਅੱਜ ਵੀ ਯਾਦ ਕਰਕੇ ਉਨੀ ਦੁਰਫੀਆਂ ਟੁੱਟ ਜਾਂਦੇ ਨੇ ਵੀ ਇਹ ਵੇਖੋ ਯਾਦ ਕਰੋ ਗੱਲਾਂ ਨੂੰ ਮਤਲਬ ਇਹਨਾਂ ਆਪਸਦਾਰੀ ਚ ਕੀ ਨੁਕਸਾਨ ਹੋਇਆ ਸਾਡਾ ਸਾਡਾ ਅੱਜ ਵੀ ਅਸੀਂ ਚਲੋ ਪਿਛੋਕੜ ਭੁੱਲਦੇ ਜਾਂਦੇ ਹਾਂ ਚਲੋ ਫਿਰ ਬਜ਼ੁਰਗ ਉਸ ਤੋਂ ਬਾਅਦ ਕੀ ਬਣਿਆ ਜਦੋਂ ਆਪਣਾ ਤੁਸੀਂ ਇੱਧਰ ਆ ਗਏ ਆਪਣੀ ਆ ਗਏ ਠੀਕ ਹੈ ਜੀ ਉਹ ਤਾਂ 6-8 ਸਾਹਿਬ ਆਣ ਕੇ ਲੰਗਰ ਪਾਣੀ ਖਾਧਾ ਜਿਹੜਾ ਸਵੇਰ ਤੱਕ ਖਾਧਾ ਸੀ ਆਉਣੀ ਉੱਥੇ ਫਿਰ ਸਵੇਰੇ ਅਸੀਂ ਚੜਿਆ ਆਪਣੇ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਤੋਂ ਫਿਰ ਅਸੀਂ ਹੌਲੀ ਇੱਕ ਰਾਤ ਰਹੇ ਆ ਮਾਲੇ ਉੱਥੇ ਘੁੰਮ ਤੇ ਫਿਰ ਅਸੀਂ ਆ ਗਏ ਕਰਨਾਲ ਕਰਨਾਲ ਵੀ ਆਣ ਕੇ ਅਸੀਂ 3 ਮਹੀਨੇ 2-2.5 ਮਹੀਨੇ ਉੱਥੇ ਕੰਪੇ 'ਚ ਰਹੇ ਕਰਨਾਲ ਪੂਰਾ ਅਤੇ ਨਾਲ ਤਾਂ ਨਾਰ ਦੇ ਵਿੱਚ ਕੰਪ ਅਸੀਂ ਬੜਾ ਲਾਇਆ ਚੰਗਾ ਤਗੜਾ ਆਪਣੇ ਜਿਹੜੇ ਪਾਕਿਸਤਾਨੀ ਉਹ ਇੰਡੀਆ ਤੋਂ ਪਾਕਿਸਤਾਨ ਤੋਂ ਇੰਡੀਆ ਆਏ ਲੋਕੀ ਜਿਹੜੇ ਯਾਤਰੂ ਸ਼ਿੰਦਾਲੂ ਉਹਨਾਂ ਵਾਸਤੇ ਕੈਂਪ ਲਾਇਆ ਉਹਨਾਂ ਕੈਂਪ ਲਾਇਆ ਤੰਬੂ ਲੱਗੇ ਸਨ ਠੀਕ ਹੈ ਖਾਣਾ ਪੀਣਾ ਉਹਦੇ ਵਿੱਚ ਕਿਵੇਂ ਸੀ ਉਹ ਗੌਰਮੈਂਟ ਕੋਈ ਥੋੜ੍ਹਾ ਬਹੁਤ ਰਾਸ਼ਨ ਪਾਣੀ ਦਿੰਦੀ ਸੀ ਤੇ ਜਾਂ ਬਿਸਤਰਾ ਜਿਹਨੇ 4 ਜੀਨੇ 1 ਬਿਸਤਰਾ ਦੇ ਛੱਡਿਆ ਉਹਨਾਂ ਤੋਂ ਸੁਣਦੇ ਰਹੇ ਤੇ ਫਿਰ ਜ਼ਮੀਨ ਕਿਵੇਂ ਤੁਹਾਨੂੰ ਲਾਟ ਹੋਈ ਜਦੇ ਜ਼ਮੀਨ ਹੋਈ ਹੈ ਫਿਰ ਉਦੋਂ ਪਿੱਛੇ ਜ਼ਮੀਨ ਇਹ ਲਾਟ ਹੋਈ ਉਦੋਂ ਆਰਡਰ ਹੋ ਗਿਆ ਫਿਰ ਜਿੰਨੀ ਜ਼ਮੀਨ ਉਧਰ ਹੈ ਨਾ ਉਹਨਾਂ ਦੀ ਉਹ ਜ਼ਮੀਨ ਇੱਧਰ ਕਰ ਲਓ ਅੱਛਾ ਕਿਉਂ ਇਹ ਮੁਸਲਮਾਨਾਂ ਦੀ ਵੰਡ ਕਰਨੀ ਸਨ ਉਹ ਇਹ ਜ਼ਮੀਨ ਕੱਲੀ ਸਾਡੇ ਪਿੰਡਰਾਂ ਸਾਹਿਬ ਤੇ ਹੋਈ ਉਹ ਇੱਥੇ ਫਿਰ ਤੁਹਾਨੂੰ ਜ਼ਮੀਨ ਪੂਰੀ ਪੈ ਗਈ ਹੈ ਪਰ ਉਹ ਸਟੈਂਡਰਾਂ ਸਾਹਿਬ ਤੇ ਸਾਨੂੰ ਜਿਹੜਾ ਜੰਗਲ ਪਿਆ ਨਾ 4 ਆਨੇ 8 ਆਨੇ ਤਾਂ ਸਾਨੂੰ ਪੂਰੀ ਹੋਈ ਹੈ ਨਾਰੀ ਪੈਣੀ ਤਾਂ ਸਾਡੀ ਉਹਨਾਂ ਦੇ ਚੌਥਾ ਹਿੱਸਾ ਵੀ ਨਹੀਂ ਸੀ ਰਹਿ ਜਾਣੀ ਅੱਛਾ ਜੇ ਤੁਹਾਡਾ ਮਤਲਬ ਆਉਂਦੇ ਨੇ ਬਜ਼ੁਰਗ ਵੀ ਜੇ ਸਾਨੂੰ ਨਾਰ ਦਾ ਇਲਾਕਾ ਮਿਲਦਾ ਨਾ ਤੇ ਸਾਨੂੰ ਜੇ ਤੁਹਾਡੀ 50 ਕਿੱਲੇ ਜ਼ਮੀਨ ਸੀ ਤੇ ਸਾਨੂੰ ਉੱਥੇ ਮਿਲਦੀ 12-13 ਕਿੱਲੇ ਮਿਲਣੀ 50 ਕਿੱਲੇ ਚੌਥਾ ਹਿੱਸਾ ਮਿਲਣਾ ਯਾਨੀ ਕਿ ਉਸ ਟਾਈਮ ਸਾਨੂੰ ਜਿਹੜੀ ਵਗਦੀ ਜ਼ਮੀਨ ਸੀ ਨਾ ਉਹਦੀ ਕੀਮਤ ਸੀ ਸਾਨੂੰ ਸਿਰਫ ਵਗਦੀ ਜ਼ਮੀਨ 50 ਕਿੱਲਿਆਂ ਦੀ ਕਰੀਬ 12-13 ਕਿੱਲੇ ਮਿਲਣੀ ਸੀ ਪਰ ਇਹਨਾਂ ਨੂੰ ਜੰਗਲ ਦੇ ਦਿੱਤਾ ਵੀ ਜੰਗਲ ਪੱਟ ਕੇ ਤੁਹਾਨੂੰ 50 ਹੀ ਮਿਲ ਜਾਏਗਾ ਪਰ ਜੰਗਲ ਸੀ ਨਹੀਂ ਉਹ ਫਿਰ ਜੰਗਲ ਅਲਾਟ ਹੁੰਦੇ ਕਹਿੰਦੇ ਨਾਰੀ ਤੇ ਕਿਸੇ ਪਾਉਂਦਾ ਹੀ ਨਹੀਂ ਸੀ ਇੱਕ ਦੋ ਜੋ ਜੀ ਭੁੱਖਦੇ ਸਨ ਮੈਂ ਤੇ ਇੱਕ ਸਾਡਾ ਬੰਦਾ ਬਜ਼ੁਰਗ ਆਉਂਦਾ ਸੀ ਸਾਨੂੰ ਨਾਰੀ ਇੱਥੇ 4 ਕਿੱਲੇ ਦੇ ਦਿਓ ਮੇਰੀ ਮੁਰੱਬਾ ਦਾ ਮੁਰੱਬਾ ਕਾਬੂ ਕਰ ਲਓ ਤੁਸੀਂ ਬਾਤ ਕਰੋਗੇ ਹੈਂ ਉਹ ਇਸ ਤੋਂ ਤੀਕਰ ਸੀ ਫਿਰ ਤੁਸੀਂ ਉਹ ਤੋਂ ਆ ਗਏ ਮਤਲਬ ਇੱਥੇ ਜਦੋਂ ਜ਼ਮੀਨ ਇੱਥੇ ਲਾਟ ਹੋਈ ਤਾਂ ਮਖਲੇ ਆ ਇੱਥੇ ਜੰਗਲ ਸੀ ਜਾਂ ਜ਼ਮੀਨ ਨਹੀਂ ਜੰਗਲ ਸੀ ਸਾਰਾ ਇੱਥੇ ਛੱਪੜ ਸਨ ਬੜੇ ਬੜੇ ਵੱਡੇ ਟੋਏ ਵੀ ਸਨ ਤੇ ਦਰਖਤ ਸਨ ਸਾਰੇ ਉਹ ਥੋੜ੍ਹੀ ਮੋਗੇ ਦੇ ਅੱਗੇ ਸੀ ਥੋੜ੍ਹੀ ਜਿਹੀ ਨਾਲ ਨਾ ਮੋਗੇ ਦੇ ਅੱਗੇ ਕੋਈ 2-2 ਕਿੱਲੇ ਵਗਦੀ ਸੀ ਸਾਰਾ ਹਾਂ ਬਾਪੂ ਜੀ ਆਪਣੀ ਤੁਹਾਡੇ ਪਹਿਲੀ ਆਪਣਾ ਕਿੰਨੀ ਸੀ ਉੱਥੇ ਉੱਥੇ ਸਾਡੇ ਪੜਦਾਦੇ ਦੀ 9 ਮੁਰੱਬੇ ਪੈਲੀ ਸੀ 9 ਮੁਰੱਬੇ ਪੈਲੀ 9 ਮੁਰੱਬੇ ਪੈਲੀ ਸੀ ਠੀਕ ਹੈ ਤਰਾਏ ਉਹਦੇ ਪੋਤਰੇ ਸਨ ਠੀਕ 3 ਪੁੱਤਰ ਸਨ ਉਹਦਾ ਪੁੱਤਰ ਇੱਕ ਚਤਰ ਸਿੰਘ ਸੀ ਚਤਰ ਸਿੰਘ ਦੇ ਗੂੰ 3 ਪੁੱਤਰ ਸਨ ਠੀਕ 3 ਪੁੱਤਰ ਪਾਲਾ ਸਿੰਘ ਬੁੱਧ ਸਿੰਘ ਹਰਬੇਰ ਸਿੰਘ ਹਾਂ ਇਹਨਾਂ ਸਾਨੂੰ ਇੱਥੇ ਫਿਰ ਆਈਏ 25-25 ਸਟੈਂਡਰਡ ਜੇ ਨਾਰੀ ਪੈਂਦੀ ਸਾਨੂੰ 25-25 ਕਿੱਲੇ ਪੈਂਦੇ 25-25 ਕਿੱਲੇ ਪੈਣੇ ਸੀ ਤੇ ਨਹਿਰੀ ਦੇ ਤੁਹਾਨੂੰ ਆ ਜੰਗਲ ਪੈ ਗਿਆ ਫਿਰ ਉਹ ਨਾਰੀ ਏਸੀ ਥੋੜੀ ਹੈ ਨਾਰੀ ਆ ਸਾਨੂੰ ਫਿਰ ਜੰਗਲ ਪੈ ਗਿਆ ਜਿੱਥੇ ਆਪਾਂ ਖੜੇ ਆ ਇਹ ਜੰਗਲ
ਜੰਗਲ ਸੀ ਬਾਪੂਆਂ ਜੰਗਲ ਸੀ ਵੀ ਇੱਥੇ ਕੋਈ ਡੰਗਰ ਵੀ ਗੁਆਚਾ ਨਹੀਂ ਲੱਭਦਾ ਵੇਖੋ ਜੀ ਅੱਜ ਜ਼ਮੀਨਾਂ ਬਣ ਗਈਆਂ ਨੇ ਕਿੰਨੀ ਸਾਡੇ ਮਤਲਬ ਬੰਦਿਆਂ ਨੇ ਆ ਕੇ ਮਿਹਨਤ ਕੀਤੀ ਕਮਾਲ ਇਹ ਦਾਅ ਦਿੰਦੇ ਇਹਨਾਂ ਬਜ਼ੁਰਗਾਂ ਦੀ ਵੀ ਇੰਨੀ ਛੱਤੀ ਨਿਰਾਏ ਕਿੰਨੀ ਕਹਿਣ ਟਾਈਮ ਕਿ 70 ਸਾਲ ਦੇ ਅੰਦਰ ਅੰਦਰ ਇਹਨਾਂ ਨੇ ਮਤਲਬ ਉੱਜੜ ਕੇ ਅਤੇ ਵੱਸ ਕੇ ਵਿਖਾਈ ਤਾ ਦਾਅ ਦਿੰਦੇ ਹਾਂ ਇਹਨਾਂ ਬਜ਼ੁਰਗਾਂ ਦੀ ਚਲੋ ਅਸੀਂ ਤਾਂ ਨਹੀਂ ਕਰ ਸਕਦੇ ਕਦੀ ਜੰਮ ਕੇ ਨਹੀਂ ਕਰ ਸਕਦੇ ਪਰ ਇਸ ਚੀਜ਼ ਨੂੰ ਬੜਾ ਇੰਨੇ ਕਿ 70 ਸਾਲ ਦੇ ਅੰਦਰ ਅੰਦਰ ਜਿਹੜੇ ਇੱਥੋਂ ਰਹਿਣ ਵਾਲੇ ਲੋਕ ਨੇ ਜਿਹੜੇ ਸਾਡੇ ਆਉਣ ਤੋਂ ਪਹਿਲੂ ਵਸਨੀਕ ਸਨ ਅੱਜ ਸਾਡੇ ਬਜ਼ੁਰਗਾਂ ਦੀ ਦੇਣ ਕਰਕੇ ਅਸੀਂ ਉਹਨਾਂ ਨੂੰ ਵੀ ਛੱਡਦਾ ਕਮਾਲ ਹੈ ਜੀ ਅਸੀਂ ਉਹਨਾਂ ਦੇ ਨਾਲ ਸੋਹਣੇ ਪਿੰਡ ਬਣਾ ਕੇ ਸੋਹਣਾ ਰਹਿਣ ਸਹਿਣ ਅਤੇ ਗੱਡੀਆਂ ਐਸ਼ ਔਰ ਆਰਾਮ ਅਤੇ ਜ਼ਮੀਨਾਂ ਸਾਡੀਆਂ ਵਧੀਆ ਨੇ ਅਸੀਂ ਉਹਨਾਂ ਨਾਲ ਜਿਹੜੇ ਬੰਦੇ ਜੱਦੀ ਬੈਠੇ ਨੇ ਅਸੀਂ ਉੱਜੜ ਕੇ 70 ਸਾਲ ਦੇ ਅੰਦਰ ਅੰਦਰ ਹੀ ਸਾਨੂੰ ਪਿੱਛੇ ਛੱਡ ਗਏ ਕਮਾਲ ਇਹਨਾਂ ਬਜ਼ੁਰਗਾਂ ਦੇ ਸਾਡੇ ਕੋਲ ਲਫ਼ਜ਼ ਨਹੀਂ ਜਿਹੜਾ ਅਸੀਂ ਤੁਹਾਨੂੰ ਆਦ ਕਰ ਸਕੀਏ